ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰ, ਪੰਜਾਬ ਦੇ ਵਿੱਚ ਬੀਤੀ ਰਾਤ ਨੂੰ ਵੱਡਾ ਫੇਰ ਬਦਲ ਹੋਇਆ। ਪੰਜਾਬ ਸਰਕਾਰ ਨੇ ਅਚਾਨਕ ਇਕਬਾਲਪ੍ਰੀਤ ਸੋਹਤਾ ਨੂੰ ਕਾਰਜਕਾਰੀ DGP ਦੇ ਅਹੁਦੇ ਤੋਂ ਹਟਾ ਦਿੱਤਾ। ਉਹਨਾਂ ਦੀ ਥਾਂ ਸਿਧਾਰਥ ਚੋਪਾਧਿਆਇ ਨੂੰ ਇਸ ਦਾ ਚਾਰਜ ਦਿੱਤਾ ਗਿਆ। ਇਸ ਫੇਰ ਬਦਲ ਨਾਲ ਚਰਚਾ ਛਿੜ ਗਈ। ਪੰਜਾਬ ਸਰਕਾਰ ਚੋਣਾਂ ਤੋਂ ਪਹਿਲਾਂ ਬੇਅਦਬੀ ਤੇ ਨਸ਼ਿਆਂ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਕਰਨਾ ਚਾਹੁੰਦੀ ਹੈ। ਇਹ ਵੀ ਚਰਚਾ ਹੈ ਕਿ ਸੋਹਤਾ ਦੀ ਨਿਯੁਕਤੀ ਬਾਰੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਲਗਾਤਾਰ ਵਿਰੋਧ ਕਰ ਰਹੇ ਨੇ। ਚੋਪਾਧਿਆਇ ਸਿੱਧੂ ਦੀ ਪਹਿਲੀ ਪਸੰਦ ਨੇ ਤੇ ਪਰ CM ਚਰਨਜੀਤ ਚੰਨੀ ਨੇ ਆਪਣੀ ਮਨਪਸੰਦ ਇਕਬਾਲਪ੍ਰੀਤ ਸੋਹਤਾ ਨੂੰ DGP ਦਾ ਚਾਰਜ ਦਿੱਤਾ ਸੀ। ਹਾਲਾਂਕਿ ਹੁਣ ਇਸ ਨਵੀਂ ਤੈਨਾਤੀ ਤੋਂ ਬਾਅਦ ਪੁਲਿਸ 'ਚ ਤੇਜ਼ੀ ਨਾਲ ਰਿਕਵਰੀ ਕੀਤੇ ਜਾਣ ਦੀ ਉਮੀਦ ਹੈ। ਉੱਧਰ ਅੱਧੀ ਰਾਤ ਨੂੰ ਅਚਾਨਕ DGP ਦੀ ਬਦਲੀ ਹੋਣ ਨਾਲ ਪੰਜਾਬ 'ਚ ਬਹੁਤ ਚਰਚਿਤ ਡਰੱਗ ਮਾਮਲੇ 'ਚ ਹਲਚਲ ਤੇਜ਼ ਹੋ ਗਈ ਹੈ। ਮੰਨਿਆ ਜਾ ਰਿਹਾ ਕਿ ਡਰੱਗ ਮਾਮਲੇ 'ਚ ਕਾਰਵਾਈ ਲਈ ਇਹ ਕਦਮ ਚੁੱਕਿਆ ਗਿਆ। ਨਸ਼ਿਆਂ ਦੇ ਮਾਮਲੇ 'ਚ ਵੱਡੇ ਲੀਡਰਾਂ ਦਾ ਨਾਮ ਬੋਲਦਾ ਪਰ ਪਿਛਲੇ ਲੰਬੇ ਸਮੇਂ ਤੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਨਵਜੋਤ ਸਿੰਘ ਸਿੱਧੂ ਇਸ ਮਾਮਲੇ ਨੂੰ ਜ਼ੋਰਦਾਰ ਢੰਗ ਨਾਲ ਚੱਕ ਰਹੇ ਨੇ। ਇਹ ਸਪਸ਼ਟ ਕਹਿ ਰਹੇ ਨੇ ਕਿ ਨਸ਼ਿਆਂ ਦੀ ਤਾਰ ਕਈ ਅਕਾਲੀ ਲੀਡਰਾਂ ਨਾਲ ਜੁੜੇ ਹੋਏ ਨੇ। ਇਹ ਵੀ ਅਹਿਮ ਹੈ ਕਿ ਕਾਰਜਕਾਰੀ DGP ਵੱਲੋਂ ਨਿਯੁਕਤ ਕੀਤਾ ਗਿਆ ਸਿਧਾਰਥ ਚੋਪਾਧਿਆਇ ਇਸ ਤੋਂ ਪਹਿਲਾਂ ਵੀ ਬਾਦਲ ਪਰਿਵਾਰ ਦੇ ਵਿੱਤੀ ਲੈਣ ਦੇਣ ਦੀ ਜਾਂਚ ਕਰ ਚੁੱਕੇ ਨੇ। ਦਰਅਸਲ ਪੰਜਾਬ ਦੇ ਵਿੱਚ ਨਵਜੋਤ ਸਿੰਘ ਸਿੱਧੂ DGP ਨੂੰ ਬਦਲਣ ਦੀ ਮੰਗ ਕਰ ਰਹੇ ਸਨ ਪਰ CM ਚੰਨੀ ਸੋਹਤਾ ਨੂੰ ਲੈ ਕੇ ਅੜੇ ਹੋਏ ਸਨ। ਹੁਣ ਅਚਾਨਕ ਬਿਊਰੋ ਆਫ ਇਨਵੈਸਟੀਗੇਸ਼ਨ ਦੇ ਡਾਇਰੈਕਟਰ ADGP SK ਅਸਥਾਨਾ ਦੀ ਚਿੱਠੀ ਲੀਕ ਹੋਣ ਤੋਂ ਬਾਅਦ ਸਰਕਾਰ ਤੇ ਦਬਾਅ ਵੱਧ ਗਿਆ। ਅਸਥਾਨਾ ਵੱਲੋਂ DGP ਨੂੰ ਲਿਖੀ ਚਿੱਠੀ ਦਾ ਸਿਲੈਕਟਡ ਹਿੱਸਾ ਲੀਕ ਕਰਕੇ ਸਰਕਾਰ ਨੂੰ ਸਿੱਧੇ ਤੌਰ 'ਤੇ ਕਮਜ਼ੋਰ ਕਰਨ ਅਤੇ ਬਾਦਲਾਂ ਨੂੰ ਸਿਆਸੀ ਲਾ ਦੇਣ ਦੀ ਗੱਲ ਨੂੰ ਲੈ ਕੇ ਸਰਕਾਰ 'ਚ ਚਰਚਾ ਸੀ, ਜਿਸ ਤੋਂ ਬਾਅਦ ਅੱਧੀ ਰਾਤ ਨੂੰ ਅਚਾਨਕ ਇਹ ਫੈਸਲਾ ਲਿੱਤਾ ਗਿਆ। ਇਹ ਵੀ ਦਿਲਚਸਪ ਹੈ ਕਿ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਲਿੱਤਾ ਜਦੋਂ UPSC ਨੇ ਅਜੇ ਤੱਕ ਨਵੇਂ ਸਥਾਈ DGP ਦਾ ਪੈਨਲ ਨਹੀਂ ਭੇਜਿਆ। UPSC ਨੇ ਪੈਨਲ ਲਈ 21 ਦਸੰਬਰ ਨੂੰ ਮੀਟਿੰਗ ਬੁਲਾਈ ਹੈ, ਜਿਸ 'ਚ ਪੰਜਾਬ ਤੋਂ ਮੁੱਖ ਸਕੱਤਰ ਸਮੇਤ 3 ਅਧਿਕਾਰੀ ਸ਼ਾਮਿਲ ਹੋਣ ਜਾ ਰਹੇ ਨੇ। ਇਸ ਤੋਂ 4 ਦਿਨ ਪਹਿਲਾਂ ਸਰਕਾਰ ਦਾ ਇਹ ਫੈਸਲਾ ਡਰੱਗ ਮਾਮਲੇ 'ਚ ਵੱਡੀ ਕਾਰਵਾਈ ਕਰਨ ਦੀ ਕੋਸ਼ਿਸ਼ ਦੇ ਸੰਕੇਤ ਦੇ ਰਹੇ ਨੇ। ਪੰਜਾਬੀ ਖਬਰਾਂ ਦੇ ਵਿੱਚ ਵੱਡੀ ਖਬਰਾਂ ਦੇਖਣੀਆਂ, ਸੁਣਨੀਆਂ, ਪੜ੍ਹਨੀਆਂ ਤਾਂ ਬਣੇ ਰਹੋ ਆਜ ਨਿਊਜ਼ ਵਾਲਾ .com ਦੇ ਨਾਲ।